ਤੁਹਾਡਾ ਮੱਛਿਆ ਤੇ ਖਰਾਬ ਹੋਇਆ ਝੋਨਾ ਦਬਿਆ ਹੋਇਆ ਝੋਨਾ ਵੀ 200 ਮਾਣ ਨਿਕਲੂਗਾ ਜੀ ਆਪਾਂ ਤੁਹਾਨੂੰ ਇੱਕ ਟ੍ਰਿਕ ਦੱਸਦੇ ਹਾਂ ਬਾਲੀ ਜਿਆਦਾ ਜ਼ਬਰਦਸਤ ਟ੍ਰਿਕ ਹੈ ਆਹ ਦੇਖ ਲਓ ਵੀ ਆ ਝੋਨੇ ਦਾ ਹਾਲ ਕੀ ਹੋਇਆ ਪਿਆ ਬਿਲਕੁਲ ਦਬ ਗਿਆ ਮੱਚ ਗਿਆ ਐਂ ਲੱਗਦਾ ਵੀ ਇਹ ਤਾਂ 15 20 ਮਾਣੀ ਨਿਕਲੂਗਾ ਪਰ ਜਦੋਂ ਤੁਹਾਨੂੰ ਉਹ ਟ੍ਰਿਕ ਦੱਸਤੀ ਕਿ ਦੇਸੀ ਦਵਾਈ ਆਪਾਂ ਨੇ ਤਿਆਰ ਕਰੀ ਹੈ ਕਿਵੇਂ ਤਿਆਰ ਕਰਨੀ ਉਹ ਤੁਹਾਨੂੰ ਵੀ ਦੱਸ ਦੰਨੇ ਆ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੂੰ ਚਾਹੀਦੀ ਹੈ ਫਟਕੜੀ ਫਟਕੜੀ ਨੂੰ ਆਪਾਂ ਜੀ ਚੰਗੇ ਤਰੀਕੇ ਨਾਲ ਕੁੱਟ ਕੇ ਬਰੀਕ ਕਰਾਂਗੇ ਤੁਸੀਂ ਜੇ ਰਿਆਂ ਸਪਰੇਆਂ ਪਾ ਪਾ ਕੇ ਥੱਕ ਗਏ ਤੁਹਾਡਾ ਝੋਨਾ ਵੀ ਐਸ ਟਪੈ ਰਹੇ ਨੇ ਬਾਰਸ਼ਾਂ ਘਟ ਹੋ ਰਹੀਆਂ ਨੇ ਮੱਚੀ ਜਾਂਦਾ ਦਾਬ ਮੰਨ ਰਿਹਾ ਤੁਹਾਨੂੰ ਇਹ ਲੱਗ ਰਿਹਾ ਵੀ ਯਾਰ ਦਵਾਰੇ ਨਾਲ ਲਾਉਣਾ ਪਏ ਜੇ ਜਾਂ ਫਿਰ ਇਹਦਾ ਜਿਹੜਾ ਝਾੜ ਹੈ ਉਹ ਬਹੁਤ ਘਟੂਗਾ ਪਰ ਤੁਹਾਨੂੰ ਡਰਨ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਬਸ ਆਹ ਤਰੀਕਾ ਹੈ ਜਿਹੜੀ ਆ ਇੱਕ ਫਾਰਮੂਲਾ ਨੂੰ ਤੁਸੀਂ ਫੋਲੋ ਕਰ ਲਓ ਬਾਲਾ ਜਿਆਦੇ ਜ਼ਬਰਦਸਤ ਫਾਰਮੂਲਾ 0% ਹੈ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਆਪਾਂ ਇਹਨੂੰ ਯੂਜ਼ ਪਹਿਲਾਂ ਵੀ ਕੀਤਾ ਤੇ ਹੁਣ ਵੀ ਕਰਾਂਗੇ ਫਟਕੜੀ ਨੂੰ ਸਭ ਤੋਂ ਪਹਿਲਾਂ ਚੰਗੇ ਤਰੀਕੇ ਨਾਲ ਆਪਾਂ ਨੇ ਕਿਸੇ ਵੀ ਗੱਟੇ ਦੇ ਉੱਤੇ ਰੱਖ ਕੇ ਜਾਂ ਕਿਸੇ ਵੀ ਹੋਰ ਚੀਜ਼ ਦੇ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਕੁੱਟ ਕੇ ਜਿੰਨਾ ਹੋ ਸਕੇ ਉਹਨਾਂ ਤੁਸੀਂ ਇਹਨੂੰ ਜੇ ਹੋ ਸਕੇ ਤਾਂ ਤੁਸੀਂ ਇਹਦਾ ਜੇ ਪਾਊਡਰ ਵੀ ਬਣਾ ਸਕਦੇ ਹੋਂ ਤਾਂ ਤੁਸੀਂ ਇਹਦਾ ਪਾਊਡਰ ਵੀ ਬਣਾ ਲਓ ਠੀਕ ਹੈ ਕਿਸੇ ਵਧੀਆ ਕੁੰਡੇ ਵਗੈਰਾ ਦੇ ਵਿੱਚ ਪਾ ਕੇ ਕੁੱਟ ਲਓ ਜਮਾ ਐਨ ਬਰੀਕ ਕਰ ਲਓ ਜਹੀਂ ਤਾਂ ਫਿਰ ਘੱਟੋ ਘੱਟ ਜਿੰਨੀ ਆਪਣੀ ਡੀਏਪੀ ਬਰੀਕ ਹੁੰਦੀ ਐਨੀ ਬਰੀਕ ਤਾਂ ਤੁਸੀਂ ਇਹਨੂੰ ਘੱਟੋ ਘੱਟ ਕਰੋ ਆਹ ਲਓ ਜੀ ਇਸ ਤੋਂ ਬਾਅਦ ਆਪਾਂ ਨੇ ਬਰੀਕ ਕਰ ਲਈ ਚੰਗੇ ਤਰੀਕੇ ਨਾਲ ਦਵਾਰੇ ਫੇਰ ਐ ਤੇ ਆਪਾਂ ਹਲਕੀ ਫੁਲਕੀ ਹਥੌੜੀ ਵਗੈਰਾ ਲਾ ਦੰਨੇ ਆ ਬਹੁਤ ਲੋਕਾਂ ਦਾ ਜਿਹੜਾ ਝੋਨਾ ਯਾਰ ਪਾਣੀ ਵੱਧ ਪੈਣ ਦੀ ਵਜ੍ਹਾ ਕਰਕੇ ਜਾਂ ਘੱਟ ਪੈਣ ਦੀ ਵਜ੍ਹਾ ਕਰਕੇ ਦਾਬ ਮੰਨਿਆ ਜਾਂਦਾ ਜਾਂ ਫਿਰ ਸਹੀ ਮੌਸਮ ਦੇ ਵਿੱਚ ਨਹੀਂ ਲੱਗਦਾ ਜਾਂ ਫਿਰ ਕਿਸੇ ਗੱਟੇ ਤੇ ਫਿਰ ਆਪਾਂ ਨੂੰ ਚਾਹੀਦੀ ਹੈ ਜੀ ਖਾਲ ਜਿੰਨੀ ਕ ਮਾਤਰਾ ਦੇ ਵਿੱਚ ਆਪਾਂ ਨੇ ਪਾਈ ਉੰਨੀ ਕ ਮਾਤਰਾ ਦੇ ਵਿੱਚ ਤੁਸੀਂ ਇਹਨੂੰ ਪਾ ਲਿਓ ਆਹ ਲਓ ਜੀ ਇਸ ਤਰੀਕੇ ਨਾਲ ਜਿੰਨੀ ਕ ਆਪਣੇ ਕੋਲੇ ਖਾਲ ਹੈ ਐਨੀ ਕ ਖਾਲ ਨੂੰ ਆਪਾਂ ਚੰਗੇ ਤਰੀਕੇ ਨਾਲ ਕੁੱਟ ਲੈਣੇ ਆ ਇਹ ਤੁਹਾਡਾ ਜਿਹੜਾ ਮਟੀਰੀਅਲ ਹੈ ਆਪਾਂ 1 ਕਿਲੇ ਦੀ ਡੋਜ਼ ਤਿਆਰ ਕਰ ਰਹੇ ਆ ਇਹਨੂੰ ਦੇਖ ਕੇ ਤੁਸੀਂ ਚਾਹੇ 10 ਕਿਲਿਆਂ ਦੇ ਵਿੱਚ ਪਾ ਲਓ ਚਾਹੇ 5 'ਚ ਡੋਜ਼ ਨੂੰ ਤੁਸੀਂ ਵਧਾ ਲਓ ਠੀਕ ਹੈ ਖਾਲ ਨੂੰ ਵੀ ਆਪਾਂ ਨੇ ਥੋੜਾ ਜਿਹਾ ਕੁੱਟ ਲਿਆ ਥੋੜਾ ਜਿਹਾ ਆਪਾਂ ਨੇ ਬਰੀਕ ਕਰ ਲੈਣਾ ਇਹਨਾਂ ਚੀਜ਼ਾਂ ਨੂੰ ਆਪਾਂ ਬਰੀਕ ਇਸ ਕਰਕੇ ਕਰ ਰਹੇ ਆ ਤਾਂ ਕਿ ਇਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੀ ਪਾਵਾਂਗੇ ਯੂਰੀਆ ਯੂਰੀਆ ਦੀ ਡੋਜ਼ ਜਿੰਨੀ ਵੀ ਤੁਸੀਂ ਆਪ ਦੇ ਇੱਕ ਕਿੱਲੇ ਨੂੰ ਦੇਣੀ ਹੈ ਓਨੀ ਕੁ ਤੁਸੀਂ ਇਹਦੇ ਵਿੱਚ ਪਾਉਣੀ ਹੈ ਤੁਸੀਂ ਆਪ ਦੇ ਮੁਤਾਬਕ ਜਿੰਨੀ ਵੀ ਤੁਸੀਂ ਯੂਰੀਆ ਰੇ ਪਾਉਨੇ ਹੋ ਓਨੀ ਕ ਆਪਦੀ ਇਹਦੀ ਯੂਰੀਆ ਰੇ ਦੀ ਜਿਹੜੀ ਡੋਜ਼ ਹੈ ਉਹਨੂੰ ਤੁਸੀਂ ਇਹਦੇ ਵਿੱਚ ਬਣਾ ਲਓ ਪਾ ਲਓ ਠੀਕ ਹੈ ਫਟਕੜੀ ਦੇ ਵਿੱਚ ਤੇ ਆਪਣੀ ਜਿਹੜੀ ਖਾਲਾ ਇਹਦੇ ਵਿੱਚ ਆਪਾਂ ਨੇ ਮਿਕਸ ਕਰ ਲੈਣਾ ਇੱਕ ਤੁਸੀਂ ਛੋਟੀ ਜੀ ਕੋਸ਼ਿਸ਼ ਹੋਰ ਜ਼ਰੂਰ ਕਰਿਓ ਵੀ ਜਿਹੜੀ ਖਾਲਾ ਜੇ ਤੁਹਾਡੀ ਉਹ ਆਪਦੀ ਸਰੋਂ ਦੀ ਬਣੀ ਹੋਵੇ ਤਾਂ ਬਾਲੀ ਜਿਆਦਾ ਬੈਟਰ ਹੈ ਨਹੀਂ ਫਿਰ ਜਿਹੜੇ ਆਪਣੇ ਜਿੱਥੇ ਆਪਣੀਆਂ ਖਾਲ ਜੀ ਨਿਕਲਦੀ ਐ ਕੋਲੂ ਹੁੰਦੇ ਨੇ ਤੁਸੀਂ ਉੱਥੋਂ ਲੈ ਕੇ ਆਇਓ ਜਿਹੜੀ ਹੁੰਦੀ ਹੈ ਉਹ ਖਾਲੇ ਦੇ ਵਿੱਚ ਪਾਉਣ ਦਾ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਤੁਹਾਨੂੰ ਮਿਲਣਾ ਕਿਉਂਕਿ ਉਹ ਫਲ ਦੇ ਵਿੱਚੋਂ ਜੀ ਜਿਹੜੇ ਪੋਸਟਿਕ ਤੱਤ ਹੁੰਦੇ ਨੇ ਉਹ ਤਾਂ ਪਹਿਲਾਂ ਹੀ ਸਾਰੇ ਕੱਢ ਲੈਂਦੇ ਨੇ ਉਹਦੇ ਵਿੱਚ ਕੁਝ ਨਹੀਂ ਰੱਖਦੇ ਇਸ ਤੋਂ ਬਾਅਦ ਜੀ ਕਿਸੇ ਵੀ ਬਾਲਟੀ ਦੇ ਵਿੱਚ ਚਲੂੰਗੇ ਦੇ ਵਿੱਚ ਜਿਹੜੀ ਵੀ ਚੀਜ਼ ਦੇ ਵਿੱਚ ਤੁਸੀਂ ਪਾ ਕੇ ਪਸੰਦ ਕਰਨੇ ਹੋਰ ਇਹਨੂੰ ਖੇਤ ਦੇ ਵਿੱਚ ਸਿੱਟਣਾ ਉਹਦੇ ਵਿੱਚ ਤੁਸੀਂ ਜੀ ਪਾ ਲਓ ਤੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਵੀ ਤੁਹਾਡੀ ਜਿਹੜੀ ਜੀਰੀ ਹੈ ਤੁਹਾਡਾ ਜਿਹੜਾ ਚੋਨਾ ਹੈ ਉਹ दब ਗਿਆ ਉੱਥੋਂ ਤੁਸੀਂ ਸਭ ਤੋਂ ਪਹਿਲਾਂ ਇਹਨੂੰ ਸ਼ੁਰੂ ਕਰੋ ਉੱਥੇ ਤੁਸੀਂ ਇਹਦੀ ਡੋਜ਼ ਥੋੜੀ ਜੀ ਵੱਧ ਦੇ ਸਕਦੇ ਹੋ ਜਿਵੇਂ ਆਪਾਂ ਰੇ ਪਾਉਨੇ ਆ ਬਾਕੀ ਸਾਰੇ ਜਿਹੜੇ ਤੁਹਾ ਇਹ ਸੈਟ ਦੇ ਉਵੇਂ ਸਿੱਟੋ ਤੇ 5 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਵਧੀਆ ਰਿਜ਼ਲਟ ਮਿ Đੂਆ ਵੀਡੀਓ ਨੂੰ ਅੱਗੇ ਸ਼ੇਅਰ ਕਰੋ